ਪਹਿਲੇ ਭਲੇ ਵਕਤਾਂ ਦੀਆਂ ਮੁਹੱਬਤਾਂ ਸੱਚੀਆਂ ਹੁੰਦੀਆਂ ਸੀ ਅਤੇ ਦਿਲਾਂ ਦੇ ਨਾਲ ਉਹ ਸੱਚੀਆਂ ਗਹਿਰੀਆਂ ਹੁੰਦੀਆਂ ਸੀ। ਅੱਜ ਕੱਲ੍ਹ ਦੀ ਮੁਹੱਬਤਾਂ ਨਾ ਜਿਹੜੀਆਂ ਉਹ ਜੇਬਾਂ ਦੇ ਨਾਲ ਹੁੰਦੀਆਂ ਨੇ, ਬੈਂਕ ਬੈਲੈਂਸ, ਕਾਰ, ਬ੍ਰਾਂਡ। ਅੱਜ ਕੱਲ੍ਹ ਬ੍ਰਾਂਡ ਚੱਲ ਗਿਆ ਜੀ, ਉਹਦੇ ਨਾਲ ਮੁਹੱਬਤ ਹੁੰਦੀ ਹੈ। ਅਤੇ ਵੈਸੇ ਵੀ ਅੱਜ ਕੱਲ੍ਹ ਬਗੈਰ ਜੇਬ ਤੋਂ ਮੁਹੱਬਤ ਤੁਸੀਂ ਕਰ ਵੀ ਨਹੀਂ ਸਕਦੇ। ਖੈਰ ਐਨੀਵੇ, ਇਨਸਾਨੀ ਫਿਤਰਤ ਹੈ, ਸਾਡੇ ਜੇ ਕੋਝੀਆਂ ਨਾਲ ਕਿੰਨੀ ਮੁਹੱਬਤ ਕਰਨੀ ਹੈ। ਉਹ ਮੌਲਵੀਆਂ ਦੇ ਖਿਲਾਫ ਤਾਂ ਵੈਸੇ ਵੀ ਬਹੁਤ ਜ਼ਿਆਦਾ ਲੋਕ ਨੇ, ਮੁਹੱਬਤ ਕਿੰਨੀ ਕਰਨੀ। ਵੈਸੇ ਵੀ ਗਰੀਬ ਆਦਮੀ, ਮਸਕੀਨ ਆਦਮੀ ਆ, ਬਸ ਦੁਆਵਾਂ 'ਚ ਯਾਦ ਰੱਖੋ, ਹਕੀਰ ਫਕੀਰ ਜਿਹਾ ਬੰਦਾ ਵਾਂ। ਬਸ ਇੱਕ ਗੱਲ ਕਹਾਂਗਾ, ਅਤੇ ਸਭ ਦੀ ਖੈਰ ਮੰਗਿਆ ਕਰੋ, ਸਭ ਵਾਸਤੇ ਭਲਾ ਮੰਗਿਆ ਕਰੋ, ਇੱਕ ਦੂਜੇ ਦਾ ਖਿਆਲ ਕਰੋ, ਇਖਲਾਕੀਆਤ ਦਾ ਦਾਮਨ ਕਦੀ ਨਾ ਛੱਡੋ। ਸਿਆਸਤ ਆਣੀ ਜਾਣੀ ਚੀਜ਼ ਹੈ, ਮਗਰ ਮੁਹੱਬਤ ਦੀ ਕਦਰ ਕਰੋ। ਇਨਸਾਨ ਇੱਕ ਦਫ਼ਾ ਆਉਂਦਾ, ਦੁਨੀਆ 'ਚ ਦੁਬਾਰਾ ਨਹੀਂ ਆਉਂਦਾ। ਅਸਲਾਮ।